ਅਸਲਾਮੁਆਲਿਕ ਸਿਆਸੀ ਦੇ ਰਾਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਬੜੀਆ ਖਬਰਾਂ ਲੈ ਕੇ ਇੱਕ ਵਾਰੀ ਫਿਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਐ ਬਹੁਤ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਤਪ ਚੁੱਕੇ ਨੇ ਸੁਪਰੀਮ ਕੋਰਟ ਦੇ ਵਿੱਚ ਦਰਹਾਸਤਾਂ ਦੇ ਉੱਤੇ ਦਰਹਾਸਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਐ ਸੁਪਰੀਮ ਕੋਰਟ ਦੇ ਵਿੱਚ ਤਰੀਕੇ ਇਨਸਾਫ ਦੀ ਤਰਫੋਂ ਅਹ ਕੇ 26ਵੀਂ ਤਰਮੀਮ ਨੂੰ ਉਡਾ ਦਿਓ ਇਲੈਕਸ਼ਨ ਕਮਿਸ਼ਨ ਨੂੰ ਚੁੱਕ ਲਓ ਪਾਰਲੀਮੈਂਟ ਨੂੰ ਚੁੱਕ ਕੇ ਪਿਸ਼ਾਵਰ ਲੈ ਜਾਓ ਸੁਪਰੀਮ ਕੋਰਟ ਦੀ ਬਿਲਡਿੰਗ ਨੂੰ ਢਾਕੇ ਤੇ ਪਰ ਅਫਗਾਨਿਸਤਾਨ ਲੈ ਜਾਓ ਅਜੀਬੋ ਗਰੀਬ ਕਿਸਮ ਦੀਆਂ ਦਰਖਾਸਤਾਂ ਜਿਹੜੀਆਂ ਉਹ ਸੁਪਰੀਮ ਕੋਰਟ ਦੇ ਵਿੱਚ ਯਕਦਮ ਦਿੱਤੀਆਂ ਜਾ ਰਹੀਆਂ ਨੇ ਐ ਔਰ ਉਸ ਤੋਂ ਬਾਅਦ ਇਹ ਇੱਕ ਕਿਆਸਰਾਈ ਕੀਤੀ ਜਾ ਰਹੀ ਹੈ ਕਿ ਬਸ ਹੁਣ ਤੇ ਗੱਲ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਲੇਕਿਨ ਦੂਸਰੀ ਤਰਫ ਪਾਰਲੀਮੈਂਟ ਜਿਹੜੀ ਹੈ ਉਨੇ ਵੀ ਆਪਣਾ ਸਬਬ ਜਿਹੜਾ ਉਹ ਬੰਨਣਾ ਸ਼ੁਰੂ ਕਰ ਦਿੱਤੇ ਤੇ ਲੰਗੋਟ ਕਸਨੇ ਸ਼ੁਰੂ ਕਰ ਦਿੱਤੇ ਨੇ ਔਰ ਪਖਤੂਨ ਹਾ ਦੇ ਵਿੱਚ ਵੀ ਬੜਾ ਰੌਲਾ ਅੱਧਾ ਪਖਤੂਨ ਹਾ ਤਾਲਬਾਨ ਦੇ ਕਬਜ਼ੇ ਚਲਾ ਗਏ ਅਕਲ ਦਾਸੀ ਤੁਹਾਨੂੰ ਦੱਸਿਆ ਸੀ ਔਰ ਪੀਰਨੀ ਜਿਹੜੀ ਹੈ ਉੱਥੇ ਉਹਨੇ ਸੱਤ ਰੋਜ਼ਾ ਚਿੱਲਾ ਨੰਗਾ ਚਿੱਲਾ ਜਿਹੜਾ ਉਹ ਖੇਡਦੀ ਹੈ ਪੀ ਵਜ਼ੀਰ ਅੱਲਾਹ ਹਾਊਸ ਦੇ ਵਿੱਚ ਲੜਾਈ ਝਗੜੇ ਜਾਰੀ ਨੇ ਗ੍ਰਿਫਤਾਰੀਆਂ ਵੀ ਜਾਰੀ ਨੇ ਤੇ ਵੱਡੇ ਰੌਲੇ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਇਸ ਤੋਂ ਪਹਿਲੇ ਅੱਗੇ ਚੱਲੀਏ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅਗਾ ਵੀ ਤੁਸੀਂ ਇਹਨੂੰ ਕਮਾਓ ਜਿੰਨਾ ਕਮਾ ਸਕਦੇ ਹੋ अच्छा जी पीटीआई ਦੇ 41 ਮੈਂਬਰ ਉੜਨ ਨੂੰ ਤਿਆਰ ਇਹ ਕੀ ਮਾਮਲਾ ਇਹ ਦੱਸਨੇ ਆ اسلام آباد ਤੋਂ ਗੰਦੀ ਯੂਥ ਨੂੰ ਗ੍ਰਿਫਤਾਰ ਤਰੀਕੇ ਇਨਸਾਫ ਦਾ ਜਲਸੇ ਕਰਨ ਦਾ ਐਲਾਨ ਹੈ ਅੱਛਾ ਜੀ ਮਰਵਤ ਔਰ ਗੰਡਾਪੁਰ ਆਮਨੇ ਸਾਹਮਨੇ 21 ਸਾਰੇ ਮਾਮਲੇ ਇਹ ਮੈਂ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਨੇ ਆ ਚਲੋ ਸਭ ਤੋਂ ਪਹਿਲੇ ਅਸੀਂ ਮਰਵਤ ਨੂੰ ਸੰਭਾਲ ਲਈਏ ਮਰਵਤ ਔਰ ਗੰਡਾਪੁਰ ਆਮਨੇ ਸਾਹਮਨੇ ਅਸੀਂ ਤੁਹਾਨੂੰ ਕਿਹਾ ਸੀ ਕਿ ਤਰੀਕੇ ਇਨਸਾਫ ਦੇ ਇੰਨੇ ਜ਼ਿਆਦਾ ਤਰੀ ਖਤਮ ਤੇ ਹੋ ਚੁੱਕੀ ਤਰੀਕ ਇਨਸਾਫ ਖਤਮ ਅਸੀਂ ਕਰ ਦਿੱਤੀ ਪੰਜਾਬ ਵਿੱਚ ਪੂਰਾ ਮੋਰਾ ਪ੍ਰੋਗਰਾਮ ਹੈ 0 0/0 ਤੇ ਅਸੀਂ ਕਿਹਾ ਸੀ ਕਿ ਬਹੁਤ ਜ਼ਿਆਦਾ ਟੁਕੜੇ ਦੇ ਹੋ ਜਾਣਗੇ ਅਗਲੇ ਯਾਨੀ ਕਿ 31 ਦਸੰਬਰ ਤੱਕ ਇਹ ਖਾਤਾ ਸਾਨੂੰ ਨਿਕਲਦਾ ਨਜ਼ਰ ਆਉਂਦਾ ਹੈ ਔਰ ਇਹ ਪੀਰਨੀ ਜਿਹੜੀ ਹੈ ਜਦੋਂ ਪਹੁੰਚਦੀ ਹੈ ਪਸ਼ਾਵਰ ਦੇ ਵਿੱਚ ਤੇ ਪੀਰਨੀ ਜਾ ਕੇ ਆਪਣਾ 50 ਕਰੋੜ ਪਿਛਲੇ 8 ਮਹੀਨੇ ਦਾ ਵਸੂਲ ਕੀਤੀ ਕੈਸ਼ ਤੇ ਅਲੀਮਾ ਨੂੰ ਪਤਾ ਲੱਗਾ ਅਲੀਮਾ ਵੀ ਪਹੁੰਚ ਗਈ ਅਲੀਮਾ ਨੇ ਵੀ ਆਪਣੇ ਪੈਸੇ ਗੰਡਾਪੁਰ ਕੋਲੋਂ 50 ਕਰੋੜ ਫੜ ਲਿਆ ਲੈ ਕੇ ਲਾਹੌਰ ਨਿਕਲ ਗਈ ਇਹ ਹੁਣ ਜਨਾਬ ਉੱਥੇ ਪੀਰਨੀ ਗਰੁੱਪ ਔਰ ਐ ਅਲੀਮਾ ਗਰੁੱਪ ਜਿਹੜਾ ਉਹ ਸਾਹਮਣੇ ਆ ਜਾਂਦਾ ਮਰਵਤ ਟੀਵੀ ਤੇ ਆਂਦਾ ਔਰ ਟੀਵੀ ਤੇ ਆ ਕੇ ਗੰਡਾਪੁਰ ਦੀ ਲਈ ਪਈ ਜਿਹੜਾ ਉਹ ਕਰ ਦਿੰਦਾ ਐ ਇਹ ਹੁਣ ਮਰਵਤ ਜਿਹੜਾ ਇਹ ਅਲੀਮਾ ਗਰੁੱਪ ਦਾ ਤੇ ਗੰਡਾਪੁਰ ਜਿਹੜਾ ਉਹ ਪੀਰਨੀ ਗਰੁੱਪ ਦਾ ਇਹ ਅੱਗੇ ਅਸੀਂ ਤੁਹਾਨੂੰ ਕਈ ਦਫਾ ਸਮਝਾ ਚੁੱਕੇ ਹਾਂ ਇਹ ਦੋ ਮਾਈਆਂ ਦਾ ਰੌਲਾ ਜਿਦਾਦ ਤੋਂ ਔਰ ਪੈਸਿਆਂ ਤੋਂ ਦੋ ਨੰਬਰ ਪੈਸਾ ਜਿਹੜੇ ਬਾਹਰ ਯੂਥੀਏ ਬੈਠੇ ਨੇ ਉਹ ਜਿਹੜੇ ਚੰਦਾ ਜ਼ਕਾਤ ਫੰਡ ਦੇਂਦੇ ਨੇ ਉਸ ਪੈਸੇ ਦਾ ਰੌਲਾ ਹੈ ਜਿਹੜਾ ਸ਼ੌਕਤ ਖਾਨਮਾ ਦੋ ਨੰਬਰੀ ਦਾ ਅੱਡਾ ਹੈ ਪਾਕਿਸਤਾਨ ਵਿੱਚ ਉਹਦੇ ਕਮਾਈ ਦਾ ਰੌਲਾ ਹੈ ਰਮਲ ਯੂਨੀਵਰਸਿਟੀ ਜਿਹੜਾ ਦੋ ਨੰਬਰੀ ਦਾ ਠੋਕਾ ਠਕਾਈ ਦਾ ਅੱਡਾ ਉਹਦੇ ਪੈਸੇ ਦਾ ਰੌਲਾ ਇਹ ਬੜੇ ਰੌਲੇ ਨੇ ਇਹ ਦੋ ਮਾਈਆਂ ਆਪਸ ਵਿੱਚ ਟਕਰਾ ਗਈਆਂ ਨੇ ਪੈਸਿਆਂ ਦੀ ਵਜ੍ਹਾ ਤੋਂ ਔਰ ਜਿਦਾਦ ਦੀ ਵਜ੍ਹਾ ਤੋਂ ਉਹਨਾਂ ਨੂੰ ਪਤਾ ਹੈ ਕਿ ਨਿਆਜ਼ੀ ਤੇ ਜਾਂਦਾ ਪਿਆ ਤੇ ਫਾ ਲੱਗਣਾ ਉਸ ਤੋਂ ਬਾਅਦ ਹੈ ਪੈਸਾ ਟਗਾ ਜਿਹੜਾ ਇਹ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਖਿੱਚਣਾ ਤੇ ਇਹ 50 ਕਰੋੜ ਉੱਥੇ ਜਾਂਦੇ ਆ ਉਹਨੇ ਲੈ ਲਿਆ ਪਹਿਲੇ ਦਿਨ ਹੀ ਤੇ ਇਹ ਅਲੀਮਾ ਜਿਹੜੀ ਹੈ ਦਿਹਾਈ ਤੋਂ ਬਾਅਦ ਇਹ ਵੀ ਜਾ ਕੇ ਆਪਣਾ ਲੈ ਆਈ ਇਹਨੇ ਕਿਹਾ ਕਿ ਮੇਰਾ ਵੀ ਬਹੁਤ ਖਰਚਾ ਹੋਇਆ ਵਕੀਲਾਂ ਸ਼ਕੀਲਾਂ ਚ ਇਹ ਹੁਣ ਮਰਵਤ ਤੇ ਗੰਡਾਪੁਰ ਆਮਨੇ ਸਾਹਮਣੇ ਕਿਵੇਂ ਆਂਦੇ ਨੇ ਮਰਵਤ ਟੀਵੀ ਤੇ ਆ ਕੇ ਗੰਡਾਪੁਰ ਤੇ ਇਲਜ਼ਾਮ ਲਾਉਂਦਾ ਕਿ ਗੰਡਾਪੁਰ ਔਰ ਉਹਦਾ ਭਾਈ ਇਹਨਾਂ ਕਰਪਸ਼ਨ ਦੀ ਦੁਕਾਨ ਖੋਲੀ ਕਰਪਸ਼ਨ ਦੀ ਦੁਕਾਨ ਖੋਲੀ ਯੂਥੀਆ ਜਰਾ ਅੱਗੇ ਗਿਆ ਜਾ ਬੋਰੀਆਂ ਪਰ ਪਰ ਕੇ ਰੋਜ਼ਾਨਾ ਕਰੋੜਾਂ ਰੁਪਈਆ ਜਿਹੜਾ ਇਹ ਕਾਰ ਲੈ ਕੇ ਜਾਂਦੇ ਨੇ ਬੋਰੀਆਂ ਪਰ ਪਰ ਕੇ ਵੀਡੀਓ ਬਿਆਨ ਟੀਵੀ ਤੇ ਬਿਆਨ ਇਹ ਸਾਹਮਣੇ ਪਿਆ YouTube ਤੇ ਜਾ ਕੇ ਵੇਖ ਲੈਣਾ ਤੇ ਯੂਥੀਆ ਚੰਗੀ ਤਰ੍ਹਾਂ ਉਹਨੂੰ ਵੇਖੇ ਮੈਂ ਤੁਹਾਡਾ ਅੱਬੂ ਜਿਹੜਾ ਉਹ ਮਰਵਤ ਹੈ ਜਾਂ ਗੰਡਾਪੁਰ ਹੈ ਇਹ ਤੁਸੀਂ ਮਤਲਬ ਮੈਂ ਆਪੇ ਸਾਬ ਲਾ ਲੈਣਾ ਮੈਂ ਰੋਜ਼ ਜੋ ਬਦਲਦੇ ਕਦੀ ਫਲਾਣਾ ਕਦੀ ਗੰਡਾਪੁਰ ਕਦੀ ਇਹ ਜਨਾਬ ਮਰਵਤ ਕਦੀ ਸੁਲਮਾਨ ਅਕਰਮ ਰਾਜਾ ਕਦੀ ਪਤਾ ਨਹੀਂ ਕਿਹੜਾ ਕਿਹੜਾ ਕਦੀ ਗੰਜਾ ਬ੍ਰੋਕਰ ਕਦੀ ਕੋਈ ਕਦੀ ਕੋਈ ਰੋਜ਼ ਜੂ ਬਦਲਦਾ ਹੁੰਦਾ ਠੀਕ ਹੋ ਗਿਆ ਤੇ ਉਹ ਕਹਿੰਦਾ ਕਿ ਇਹ ਸਾਡੇ ਸੂਬੇ ਦੇ ਵਿੱਚ ਕਰਪਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ ਐਂ ਔਰ ਗੰਡਾਪੁਰ ਔਰ ਉਹਦਾ ਭਰਾ ਇਹ ਸਾਡੇ ਸੂਬੇ ਦੇ ਉੱਤੇ ਅਜ਼ਾਬ ਨੇ ਇਸ ਅਜ਼ਾਬ ਨੂੰ ਖਤਮ ਕੀਤਾ ਜਾਏ ਇਹ ਮਰਵਤ ਨੇ ਇਲزام ਲਾਇਆ ਗੰਡਾਪੁਰ ਤੇ ਅਗੋ ਗੰਡਾਪੁਰ ਕੀ ਕਹਿੰਦਾ ਗੰਡਾਪੁਰ ਕੋ ਕਹਿੰਦਾ ਕਿ ਮੇਰਾ ਸੂਬਾ ਹੈ ਮੇਰੀ ਮਰਜ਼ੀ ਮੈਂ ਇਹਨੂੰ ਲੁੱਟਾਂ ਜਾਂ ਨਾ ਲੁੱਟਾਂ ਤੂੰ ਕੌਣ ਹੋਣਾ ਸਾਨੂੰ ਕਹਿਣਾ ਲਾ ਤੂੰ ਕੱਚੇ ਰੂਟ ਦਾ ਖਿਲਾੜੀ ਤੂੰ ਮੁੰਡਿਆਂ ਦੇ ਨਾਲ ਵਿਆਹ ਕੀਤੇ ਨੇ ਤੇ ਤੂੰ ਆਪਣੀ ਜ਼ਿੰਦਗੀ اسلامਾਬਾਦ ਔਰ ਦੁਬਈ ਦੇ ਵਿੱਚ گزارਿਆ ਕਰ ਤੂੰ 10 ਬੰਦਿਆਂ ਕੋਲੋਂ 10-10 ਕਰੋੜ ਰੁਪਈਆ ਲੈ ਕੇ ਉਹਨਾਂ ਨੂੰ ਟਿਕਟਾਂ ਦੇਣ ਦੇ ਬਹਾਨੇ ਦੇ ਵਿੱਚ 1 ਅਰਬ ਰੁਪਈਆ ਕਮਾਇਆ ਸੀ ਤੇ ਉਹ ਜਾ ਕੇ ਖਾ ਤੇ ਇੰਜੋਏ ਕਰ ਮੇਰੀ ਮਰਜ਼ੀ ਹੈ ਮੈਂ ਆਪਣਾ ਸੂਬਾ ਲੁੱਟਾਂ ਕਰਪਸ਼ਨ ਕਰਾਂ ਵਗਾੜਾਂ ਜੋ ਮਰਜ਼ੀ ਕਰਾਂ ਤੂੰ ਵਿੱਚ ਨਹੀਂ ਬੋਲ ਸਕਦਾ ਯਾਨੀ ਕਿ ਉਹਨੇ ਉਹਦੇ ਤੇ ਮੁੰਡਿਆਂ ਦਾ ਇਲਜ਼ਾਮ ਲਾ ਦਿੱਤਾ ਔਰ ਕਰਪਸ਼ਨ ਦਾ ਤੇ ਉਹਨੇ ਉਹਨੇ ਤੇ ਲਾ ਦਿੱਤਾ ਬਤ ਤੁਸੀਂ ਦੋਵੇਂ ਭਰਾ ਬੋਰੀਆਂ ਪਰ ਪਰ ਕੇ ਹਰ ਰੋਜ਼ ਲੁੱਟਦੇ ਹੋ ਪੈ ਮਤਲਬ ਕੀ ਕਿ ਦਾਲ ਲਿਟਲ ਆਪਣਾ ਲਿਤਰਾਂ ਦੇ ਵਿੱਚ ਵੰਡੀ ਜਾ ਰਹੀ ਏ ਪੀਰਨੀ ਔਰ ਅਲੀਮਾ ਗਰੁੱਪ ਜਿਹੜਾ ਉਹ ਸਾਹਮਣੇ ਆ ਗਿਆ ਅੱਗੇ ਆਓ ਜੀ ਇਸਲਾਮਾਬਾਦ ਤੋਂ ਗੰਦੀ ਯੂਥ ਹਣ ਗ੍ਰਿਫਤਾਰ ਇਹ ਉਹਨੇ ਇਸਲਾਮਾਬਾਦ ਤੋਂ ਮੁਲਕ ਦੁਸ਼ਮਣ ਬਲੋਚਿਸਤਾਨ ਅਲੱਗੀ ਪਸੰਦ ਬੀ ਐਲ ਏ ਦੀ ਤਰਜਮਾਨ ਸ਼ੀਰੀ ਮਜ਼ਾਰੀ ਦੀ ਕੁੜੀ ਪਾਕ ਫੌਜ ਦੀ ਦੁਸ਼ਮਣ ਧਰਤੀ ਦੀ ਦੁਸ਼ਮਣ ਬੰਦੇ ਖਾਣੀ ਈਮਾਨ ਮਜ਼ਾਰੀ ਜਿਹੜੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਈਮਾਨ ਮਜ਼ਾਰੀ ਜਿਹੜੀ ਆ ਇਹ 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 ਪਾਕਿਸਤਾਨ ਦੀ ਬਹੁਤ ਵੱਡੀ ਦੁਸ਼ਮਣ ਹੈ ਸ਼ੀਰੀ ਮਜ਼ਾਰੀ ਦੀ ਕੁੜੀ ਆ ਔਰ ਇਹ ਬਲੋਚਿਸਤਾਨ ਦੇ ਵਿੱਚ ਜਿਹੜੀ ਅਲਹਿਦਗੀ ਦੀ ਤਹਿਰੀਕ ਹੈ ਪਾਕਿਸਤਾਨ ਤੋਂ ਅਲੱਗਾ ਹੋਣ ਦੀ ਤਹਿਰੀਕ ਉਹਦੀ ਇਹ ਮੈਂਬਰ ਵੀ ਹੈ ਯਾਨੀ ਕਿ ਉਹਨਾਂ ਦੀ ਇਹ ਵਕੀਲ ਵੀ ਹੈ ਔਰ ਮੈਂਬਰ ਵੀ ਹੈ ਉਸ تنظیم دی ਔਰ ਬਾਹਰੋਂ ਇਹਨੂੰ ਵੀ ਪੈਸੇ ਲਬਦੇ ਨੇ ਬਹੁਤ ਬੇਤਹਾਸ਼ਾ ਪੈਸੇ ਔਰ ਇਹ ਦੂਜਾ ਸਿਸਟਮ ਆ ਕਾ ਦੇਵੜਾ ਸਿਸਟਮ ਨੇੜਾ ਉਹ ਉਏ ਅਲਦਾ ਲਦਾ ਯਾਨੀ ਖਾਤਾ ਅਲਦਾ ਦੂਜਾ ਖਾਤਾ ਹੈ ਔਰ ਇਹਨੇ ਵਿਆਹ ਵੀ ਕੀਤਾ ਇੱਕ ਚੱਠੇ ਨਾਲ ਹੁਣ ਸਾਡੀ ਬਰਾਦਰੀ ਦੇ ਵਿੱਚ ਕਿਹੜਾ ਕੋਈ ਪਾਗਲ ਸੀ ਜਿਹਨੇ ਇਹਦੇ ਨਾਲ ਜਿਹੜਾ ਇਹ ਵਿਆਹ ਕਰ ਲਿਆ ਜ਼ੈਰੀ ਗੱਲ ਹੁਣ ਉੱਥੇ ਨਵੀਂ ਪੌਂਦ ਆ ਗਈ ਇਹ ਅਸਲ ਜਿਹੜੇ ਲੋਕ ਸੀ ਉਹ ਉਹ ਪਤਾ ਨਹੀਂ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਬੈਜਦੇ ਮੁੰਡੇ ਜਿਹੜੇ ਨੇ ਇਹ ਜਮਜਮਈਆ ਕਰ ਲਿਆ ਇਹ ਹੁਣ ਹਾਦੀ ਚੱਠਾ ਨਾਮੀ ਇੱਕ ਸ਼ਖਸ ਉਹਦੇ ਨਾਲ ਇਹਨੇ ਸ਼ਾਦੀ ਕੀਤੀ ਹੈ ਪਿੱਛੇ ਕੁਛ 6-8 ਮਹੀਨੇ ਸਾਲ ਪਹਿਲੇ ਇਨਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਈਮਾਨ ਮਜ਼ਾਰੀ ਦੁਮੀ ਤਿਹਾਦੀ ਚੱਠਾ ਨੂੰ ਮੇੜਾ ਉਹਦਾ ਬੰਦਾ ਹੈ ਇਹ ਹੁਣ ਕਿੱਥੋਂ ਦਾ ਹੋਣਗੇ ਗੁਜਰਾਲੇ ਦੇ ਕਿੱਥੋਂ ਵਜ਼ੀਰਾਬਾਦ ਦਾ ਇਹ ਕਿੱਥੋਂ ਦੀ ਮੈਨੂੰ ਦੱਸਣਾ ਯਾਰ ਤੁਸੀਂ ਜਰਾ ਕਮਨ ਸੈਕਸ਼ਨ ਦੇ ਵਿੱਚ ਕਿ ਇਹ ਹਾਦੀ ਚੱਠਾ ਜਿਹੜਾ ਕਿੰਨਾ ਏਚੋਂ ਹੈ ਕਿਹੜੀ ਕਿਹੜੀ ਕਿਹੜੇ ਪਿੰਡ ਦਾ ਪਿੱਛੋਂ ਵਜ਼ੀਰਾਬਾਦ ਦੀਆਂ ਗੁਜਰਾਲਾਆਂ ਕਿੱਥੇ ਤੇ ਅੱਗੋਂ ਇਹਨਾਂ ਦਾ ਕੀ ਸ਼ਜਰਾ ਨਸਬ ਕੀ ਦੱਸਿਆ ਜੀ ਦੱਸਿਓ ਪਤਾ ਤ ਕਰੀਏ ਅੱਛਾ ਇਹ ਦੋ ਨੰਬਰ ਹੀ ਹੋਣਗੇ ਔਰ ਫਿਰ ਕੀ ਹੈ ਇਹ ਉਹ ਜਨਾਬ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਵਾਂ 4 ਦਿਨ ਪਹਿਲੇ ਦੀ ਗੱਲ ਹੈ ਸ਼ਰਾਬ ਪੀਤੀ ਇਸ ਮੀਆਂ ਬੀਵੀ ਨੇ ਤੇ ਤੁਹਾਨੂੰ ਪਤਾ 라ਵਲਪਿੰਡੀ ਦੇ ਵਿੱਚ ਟੈਸਟ ਮੈਚ ਜਾਰੀ ਸੀ ਇੰਗਲੈਂਡ ਔਰ ਪਾਕਿਸਤਾਨ ਦਾ ਉੱਥੇ ਜ਼ੈਰੀ ਗੱਲ ਹੈ ਪੂਰਾ ਸਿਕਿਉਰਟੀ ਔਰ ਨਾਕੇ ਔਰ ਹਰ ਪਾਸੇ ਪੂਰਾ ਇੱਕ ਸਾਖਤਾਬ ਸੀ ਇੰਗਲੈਂਡ ਦੀ ਟੀਮ ਆਈ ਸੀ ਉਹ ਜਨਾਬ ਨਾਕਾ ਲੱਗਾ ਫੁੱਲ ਯਾਨੀ ਕਿ ਉਹਨਾਂ ਨੇ ਬੈਰੀਅਰ ਲਾਇਆ ਨੇ ਕਿ ਇਧਰ ਤੁਸੀਂ ਨਹੀਂ ਜਾਣਾ ਇਹ ਸਿਕਿਉਰਟੀ ਦੇ ਹਵਾਲੇ ਦੇ ਨਾਲ ਇਹ ਬੰਦ ਏਰੀਆ ਅਗੇ ਸਟੇਡੀਅਮ ਹੈ ਤੇ ਸਾਰਾ ਸਾਖਤਾਬ ਤੁਸੀਂ ਇਧਰ ਨਹੀਂ ਜਾ ਸਕਦੇ ਸਿਕਿਉਰਟੀ ਰੀਜ਼ਨ ਦੀ وجہ ਤੋਂ ਲੇਕਿਨ ਇਹਨਾਂ ਨੇ ਸ਼ਰਾਬ ਪੀਤੀ ਸੀ ਗੱਡੀ ਵੀ ਚਲਾ ਰਹੀ ਸੀ ਤੇ ਨਾਲ ਸ਼ਰਾਬ ਵੀ ਪੀਤੀ ਸੀ ਔਰ ਬੋਤਲ ਦਰਮਿਆਨ ਵਿੱਚ ਰੱਖੀ ਹੈ ਦੋ ਸੀਟਾਂ ਦੇ ਗਲਾਸ ਵੀ ਔਰ ਦੋਵੇਂ ਪੀ ਵੀ ਰਹੇ ਨੇ ਤੇ ਨਾਲ ਅੱਗੇ ਉਹਨੋਂ ਬੈਰੀਅਰ ਲੱਗਾ ਹੈ ਕੋਈ ਤਰੇ ਚਾਰ ਦਰਜਨ ਪੁਲਿਸ ਵਾਲੇ ਖਲੋਤੇ ਨੇ ਇਹ ਗੱਡੀ ਉੱਥੇ ਲੈ ਗਈ ਕਹਿੰਦੀ ਮੈਂ ਇੱਥੋਂ ਲੰਘਣਾ ਉਹਨਾਂ ਕਿਹਾ ਬੀਬੀ ਇਹ ਮੈਚ ਚੱਲਦਾ ਪਿਆ ਇਹ ਸਿਕਿਉਰਿਟੀ ਹਾਈ ਸਿਕਿਉਰਿਟੀ ਜ਼ੋਨ ਹੈ ਜਾ ਪਿਛਾਂ ਤੇ ਅਗੋਂ ਜਾ ਕੇ ਇੱਧਰ ਹੋ ਜਾਓ ਕਹਿੰਦੀ ਨਹੀਂ ਮੈਂ ਇੱਥੋਂ ਜਾਣਾ ਤੁਹਾਨੂੰ ਸੀ ਫੋਲ ਤਿੰਨ ਚਾਰ ਤਮਾਸ਼ ਜਿਹੜੇ ਨੇ ਉਹ ਮਾਰਛੜੇ ਪੁਲਸ ਵਾਲੇ ਨੂੰ ਪੁਲਸ ਹਰਾਨ ਪਰੇਸ਼ਾਨ ਬੈਰੀਅਰ ਦੇ ਵਿੱਚ ਇੰਜ ਛਿੱਕ ਕੇ ਗੱਡੀ ਖਿੱਚ ਕੇ ਉੱਪੀ ਜਾਂਦੀ ਹੈ ਛਣੇ ਬੰਦੇ ਤੇ ਅਸੀਂ ਉਸ ਦਿਨ ਅਪੀਲ ਕੀਤੀ ਸੀ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਏ ਤੇ ਅੱਜ ਇਹਨੂੰ ਥਾਣਾ ਆਪਾਰਾ ਦੇ ਵਿੱਚ ਮੁਕੱਦਮਾ ਦਰਜ ਕਰਕੇ ਦੋਨੋਂ ਮੀਆਂ ਬੀਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਜਿਹੜੀ ਅਲਹਿਦਗੀ ਦੀ ਤਹਿਰੀਕ ਹੈ ਉਹਦੀ ਇਹ ਮੈਂਬਰ ਇਹ ਪਾਕਿਸਤਾਨੀ ਨਹੀਂ ਹੋ ਸਕਦੀ ਇਹ ਕੁੜੀ ਜਿਹੜੀ ਫੁੱਲ ਖਾਤਾ ਪ੍ਰੋਗਰਾਮ ਨਸ਼ਾ ਪ੍ਰੋਗਰਾਮ ਹੈ ਕਾਦੇਉੜਾ ਪ੍ਰੋਗਰਾਮ ਹੈ ਔਰ ਫੁੱਲ ਠੋਕਟakai ਜਿਹੜਾ ਇਹ ਪ੍ਰੋਗਰਾਮ ਹੈ ਇਹ ਇਮਾਨ ਮਜ਼ਾਰੀ ਔਰ ਇਹਦਾ ਬਾਹਰ ਦੀਆਂ ਜਿਹੜੀਆਂ ਉਹ ਤਾਕਤਾਂ ਨੇ ਉਹਨਾਂ ਦੇ ਨਾਲ ਵੀ ਟਿਚ ਮਟਣਾ ਦੀ ਜੋੜੀ ਹੈ ਪੈਸਾ ਟਗਾ ਪਾਕਿਸਤਾਨ ਦੇ ਖਿਲਾਫ ਇਹਨੂੰ ਬਹੁਤ ਜ਼ਿਆਦਾ ਮਿਲਦਾ ਤੇ ਅਸੀਂ ਅਪੀਲ ਕੀਤੀ ਸੀ ਕਿ ਮਾਈ ਜਿਹੜੀ ਇਹ ਗ੍ਰਿਫਤਾਰ ਕਰ ਲੋ ਤੇ ਅੱਛਾ ਠਾ ਜਿਹੜਾ ਇਹਦਾ ਬੰਦਾ ਇਹ ਮੇਰੇ ਖਿਆਲ ਨਾਲ ਇਹ ਰਾਹ ਜਾਂਦੇ ਜਿਵੇਂ ਕੋਈ ਸ਼ਾਇਦ ਤੁਸੀਂ ਨਹੀਂ ਆਪਣਾ ਕਰਵਾ ਲੈਂਦੇ ਰਾਹ ਜਾਂਦੇ ਰਾਹ ਜਾਂਦੇ ਸ਼ਲਵਾਰ ਜਿਹੜੀ ਉਹ ਪੜਵਾ ਲਈ ਹੈ ਅੱਛਾ ਜੀ ਅੱਗੇ ਸਰਕਾਰ ਤੁਸੀਂ ਆਓ ਤਰੀਕੇ ਇਨਸਾਫ ਦਾ ਜਲਸੇ ਕਰਨ ਦਾ ਏ ਉਹਨਾਂ ਤਰੀਕੇ ਇਨਸਾਫ ਜਿਹੜੀ ਹੈ ਇਹਨਾਂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਇਹਨਾਂ ਦੇ ਜਿਹੜੀ ਸਿਆਸੀ ਕਮੇਟੀ ਆ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਪਹਿਲਾ اجلاس ਹੋਇਆ ਹੈ ਪਿਰਨੀ ਦੀ ਸਦਾਰਤ ਨੇ ਪਿਰਨੀ ਦੀ ਪਿਰਨੀ ਨੇ ਸਦਾਰਤ ਕੀਤੀ ਅਲੀਮਾ ਨੇ ਬਾਈਕਾਟ ਕੀਤਾ ਔਰ ਇਹਨਾਂ ਨੇ اجلاس ਕੀਤਾ ਬਾਹਰ ਦੇ ਲੋਗ ਨੇ ਉਹਨਾਂ ਨੂੰ ਇਸ اجلاس ਦੇ ਵਿੱਚ ਨਹੀਂ ਬੁਲਾਇਆ ਗਿਆ اجلاس ਕੀਤਾ ਔਰ اجلاس ਦੇ ਵਿੱਚ ਫੈਸਲਾ ਕੀਤਾ ਗਿਆ ਜੀ ਅਸੀਂ ਤਰੀਕੇ ਇਨਸਾਫ ਜਿਹੜੀ ਹੈ ਉਹ ਹੁਣ ਜਲਸੇ ਕਰੇਗੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਿਹਾ ਛਾ ਜੀ ਜਲਸੇ ਕਰਨੇ ਨੇ ਇਹ ਜਲਸੇ ਜਨਾਬ ਉਹਨਾਂ ਨੇ ਐਲਾਨ ਕੀਤਾ ਨੇ ਤਰੇ ਜਲਸੇ ਕਰਨੇ ਨੇ ਇਹ ਪਹਿਲਾ ਜਲਸਾ ਪਸ਼ਾਵਰ ਚ ਦੂਸਰਾ ਕੁਇਟਾ ਤੇ ਤੀਸਰਾ ਕਰਾਚੀ ਇਹ ਅੰਤਰਾਜ ਜਗਾ ਤੇ ਇਹਨਾਂ ਨੇ ਜਲਸੇ ਕਰ ਲੈਣਾ اچھا ਵੀ ਜਲਸੇ ਕਰਕੇ ਤੁਸੀਂ ਕਰਨਾ ਕੀ ਪਸ਼ਾਵਰ ਦੇ ਵਿੱਚ ਤੁਸੀਂ ਜਲਸਾ ਕਰਨਾ ਠੀਕ ਹੈ 2 2.5 3000 ਅਫਗਾਨੀ ਉੱਥੇ ਮੌਜੂਦ ਸਜੇ ਖਬੇ ਅਫਗਾਨ ਬਸਤੀਆਂ ਚ ਆ ਜਾਏਗਾ ਉਹਨੂੰ ਤੁਸੀਂ ਫੋਟੋਆਂ ਸ਼ਾਟ ਵਿੱਚ ਐਡਿਟ ਕਰਕੇ ਤੇ 50 ਹਜ਼ਾਰ ਲੱਖ ਲੱਖੋਂ ਦਾ ਮਜਮਾ ਕਰ ਲੋਗੇ ਠੀਕ ਹੋ ਗਿਆ ਅਫਗਾਨੀਆਂ ਨਾਲ ਉਸ ਤੋਂ ਬਾਅਦ ਅੱਗੇ ਕੁਇਟਾ ਉੱਥੇ ਵੀ ਉਹੀ ਅਫਗਾਨੀ ਬੈਠੇ ਰਹੇ ਉੱਥੇ ਵੀ ਤੁਸੀਂ ਜਲਸਾ ਕਰ ਲੋਗੇ 3-4000 ਅਫਗਾਨੀ ਹੋਏਗਾ ਉਹਨੂੰ ਤੁਸੀਂ ਨੇਰੇ ਚ ਕਰ ਕਰ ਕੇ ਤੇਗਾ ਲੱਖ ਦਾ ਬਣਾ ਲੋਗੇ ਫਿਰ ਕਰਾਚੀ ਕਰਾਚੀ ਵੀ ਇਹ ਵੀ ਬੇਤਹਾਸ਼ ਅਫਗਾਨੀ ਹੈ ਉੱਥੇ ਵੀ ਤੁਸੀਂ ਕਰ ਲੋਗੇ ਤੇ ਫਿਰ ਫੇਰ ਫਿਰ ਕਿੱਥੇ ਜਾਣਾ ਪੰਜਾਬ ਵਿੱਚ ਕਰਕੇ ਵਹਾਲ ਲੋਹਰੇ ਚ ਗੁਜਰਾਣਾ ਵਾਲੇ ਚ ਕਿਰਸਾਈ ਵਾਲੇ ਚ ਫੈਸਲਾਬਾਦੇ ਚ ਮਲਤਾਨੇ ਚ ਐ ਸialकोट ਇੱਥੇ ਕਰਕੇ ਵੇਖ ਕੀ ਖਿਆਲ ਹੈ ਹਾਫਜ਼ਾਬਾਦ ਵਿੱਚ ਕਰ ਲਾ ਸਾਡੇ ਸ਼ਹਿਰ ਵਿੱਚ ਕਰ ਲਓ ਸਰਗੋਧੇ ਵਿੱਚ ਕਰ ਲਓ ਕਿਧਰੇ ਕਚਾਂਗੇ ਵਿੱਚ ਕਰ ਲਓ ਮੀਆਂ ਚੰਨੂ ਵਿੱਚ ਕਰ ਲਾ ਨਹੀਂ ਇੱਥੇ ਅਫਗਾਨੀ ਕੋਈ ਨਹੀਂ ਜਲਸੇ ਕਰਨ ਦਾ ਹੈ ਜੀ ਅਸਾਂ ਐਲਾਨ ਕਰ ਦਿੱਤਾ ਹੈ ਕੀ ਹੋਏਗਾ ਫਿਰ ਜਲਸੇ ਕਰਕੇ ਕੀ ਨਿਕਲਣਾ ਵਿੱਚੋਂ ਕੀ ਇਹ ਪੈਸੇ ਕੌਣ ਦੇ ਰਿਹਾ ਜਲਸਿਆਂ ਦੇ ਹੈ ਅੱਛਾ ਅੱਗੇ ਸਰਕਾਰ ਤੁਸੀਂ ਆਓ ਜੀ ਤਰੀਕੇ ਇਨਸਾਫ ਦੇ 41 ਮੈਂਬਰਾਂ ਉਡਣ ਨੂੰ ਤਿਆਰ ਇਹਨ ਜਨਾਬ 27ਵੀਂ ਆਇਨੀ ਤਰਮੀਮ ਜਿਹੜੀ ਹੈ ਇਹਦੇ ਗੇਮ ਸੈੱਟ ਹੋ ਗਈ ਮੌਲਾਨਾ ਫਜ਼ਲੁਰ रहमान ਤੋਂ ਦ ਬਗੈਰ ਇਹ ਗੇਮ ਹੋਣੀ ਹੈ ਬੇਸ਼ੱਕ ਮੌਲਾਨਾ ਨੂੰ ਦਵਤ ਦਿੱਤੀ ਜਾਏਗੀ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਐ ਮੌਲਵੀ ਨੂੰ ਲੇਕਿਨ ਮੌਲਵੀ ਜਿਹੜਾ ਉਹ ਅੜੀ ਕਰ ਗਿਆ ਹਜੇ ਤੱਕ ਅੜੀ ਉਸ ਕੀਤੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਮੁੰਡੇ ਕਰਦੇ ਨੇ ਪਰ ਲੇਕਿਨ ਅੜੀ ਉਸ ਕੀਤੀ ਕਹਿੰਦੀ ਕਿ ਮੈਨੂੰ ਕੇਕ ਦੇ ਵਿੱਚੋਂ ਹਿੱਸਾ ਨਹੀਂ ਮਿਲਿਆ ਐ ਇਹ ਪੀਟੀਆਈ ਦੇ ਵਿੱਚ ਫਾਰਵਰਡ ਬਲਾਕ ਜਿਹੜਾ ਇਹ ਬਹੁਤ ਵੱਡਾ ਜਿਹੜਾ ਇਹ ਬਣੇਗਾ ਔਰ ਇਹ ਜਿਹੜਾ ਫਾਰਵਰਡ ਬਲਾਕ ਇਹਦੇ ਵੋਟਾਂ ਦੇ ਨਾਲ 27ਵੀਂ ترمیم ਜਿਹੜੀ ਇਹ ਉਹ ਹੋਏਗੀ ਕਿਉਂਕਿ ਇਹ ਜਿਹੜਾ ਫਾਰਵਰਡ ਬਲਾਕ ਹੋਏਗਾ ਇਹ ਅਸਲ ਜਿਹੜੀ ਉੱਥੇ ਪਾਰਟੀ ਮੌਜੂਦ ਹੈ ਉਹਦੇ ਨਾਲੋਂ ਵੱਧ ਜਾਏਗਾ 41 ਹੋ ਜਾਏਗਾ 80 ਟੋਟਲ ਨੇ ਨਾ ਇਹ 41 ਹੋ ਜਾਣਗੇ ਉਹ 39 ਰਹਿ ਜਾਣਗੇ ਇਹਨਾਂ ਦਾ ਆਪਣਾ ਫਿਰ ਆਪੋਜੀਸ਼ਨ ਲੀਡਰ ਵੀ ਆ ਜਾਏਗਾ ਇਹਨਾਂ ਦਾ ਆਪਣਾ ਫਿਰ ਪਾਰਲੀਮੈਂਟਰੀ ਲੀਡਰ ਵੀ ਆ ਜਾਏਗਾ ਸਪੀਕਰ ਨੋਟੀਫਿਕੇਸ਼ਨ ਕੱਢ ਦੇਗਾ ਕਿਉਂਕਿ ਇਹ ਆਜ਼ਾਦ ਨੇ ਜਦੋਂ ਇਹ 41 ਆਜ਼ਾਦ ਹੋ ਜਾਣਗੇ ਤੇ ਇਹ ਫਿਰ ਬੇ ਤੜਕ ਹੋ ਕੇ ਵੋਟ ਜਿਹੜੇ ਨੇ ਉਹ ਦੇਣਗੇ ਇਹ 22ਵੀਂ ਆਇਨਿਤ ਤਰਮੀਮ ਨੂੰ ਤੇ ਇਹ 41 ਜਿਹੜੇ ਨੇ ਇਹਨਾਂ ਦਾ ਆਪਣਾ ਲੀਡਰ ਪਾਰਲੀਮੈਂਟ ਲੀਡਰ ਬਣ ਜਾਏਗਾ ਆਪਣੇ اپੋਜੀਸ਼ਨ ਲੀਡਰ ਬਣ ਜਾਏਗਾ ਉਹ ਬਾਕੀ ਜਿਹੜਾ ਉਹ ਗੋਹ ਸ਼ੋਹਰ ਤੇ ਸਾਰੇ ਉਹ ਖਤਮ ਖਤਮ ਹੋ ਜਾਣਗੇ ਤੇ ਇੱਕ ਸਟੇਜ ਐਸੀ ਆਏਗੀ ਕਿ اپੋਜੀਸ਼ਨ ਲੀਡਰ ਵੀ ਜਿਹੜਾ ਉਹ ਆਪਣਾ ਆ ਜਾਏਗਾ ਜਿਵੇਂ ਪਿਛਲੀ ਸ਼ਿਹਾਬ ਸ਼ਰੀਫ ਦੇ ਦੌਰ ਦੇ ਵਿੱਚ ਉਹ ਰਾਜਾ ਰਿਆਦ ਸਾਹਿਬ ਸਨ ਤੇ ਇਹ ਅਗਲੇ ਮੇਰੇ ਖਿਆਲ ਦੇ ਮੁਤਾਬਕ ਇਹ ਅਗੋਂ ਮਖਸੂਸ ਨਿਸ਼ਸਤਾਂ ਜਿਹੜੀਆਂ ਅਗਲੇ ਕੋ 15 ਕੁ ਦਿਨਾਂ ਚ ਉਹਦਾ ਵੀ ਫੈਸਲਾ ਸਾਨੂੰ ਨਜ਼ਰ ਆਂਦਾ ਹੈ ਐ ਔਰ ਇਹ ਫੈਸਲਾ ਆئین ਔਰ ਕਾਨੂੰਨ ਦੇ ਮੁਤਾਬਕ ਹਕੂਮਤ ਨੂੰ ਹੀ ਇਹ ਇਹ ਮਿਲਣ ਦੇ ਜ਼ਿਆਦਾ ਚਾਂਸਸ ਨੇ ਔਰ ਇਹ ਤਰੀਕੇ ਇਨਸਾਫ ਦੇ ਜਿਹੜੇ 41 ਲੋਗ ਨੇ ਆਵਾਰਾ ਜਿਹੜੇ ਸੀ ਉਹਨਾਂ ਨੂੰ ਕਾਨੂੰਨੀ ਸ਼ਕਲ ਦੇ ਕੇ ਕਾਨੂੰਨੀ ਸ਼ਕਲ ਦੇ ਕੇ ਉਹਨਾਂ ਦਾ ਪੂਰਾ ਭਾਰ ਬਣਾ ਕੇ 41 ਕਰਕੇ ਉਹਨਾਂ ਨੂੰ ਪਾਰਲੀਮੈਂਟੀ ਲੀਡਰ ਵੀ ਉਹਨਾਂ ਦਾ ਬਣਾ ਕੇ اپੋਜੀਸ਼ਨ ਲੀਡਰ ਵੀ ਬਣਾ ਕੇ ਤੇ ਉਹ ਇੱਕ ਪੂਰਾ ਖਾਤਾ ਬਣਾ ਕੇ ਤੇ ਉਹਨਾਂ ਦੇ ਵੋਟ ਜਿਹੜੇ ਇਹ ਲੈ ਜੀਗੇ ਮੌਲਾਨਾ ਦਾ ਵੋਟ ਇਹ ਲੈਣਾ ਉਹ ਕਹਿੰਦੇ ਨੇ ਕਿ ਇਹ ਅਜ਼ਾਬ ਹੋਏਗਾ ਅਗਰ ਅਸੀਂ ਮੌਲਾਨਾ ਦਾ ਵੋਟ ਲਈਏ 27ਵੀਂ ਆਇਨੀ ਤਰਮੀਮ ਦੇ ਵਿੱਚ ਕਿਉਂਕਿ ਮੌਲਾਨਾ ਫਿਰ ਗੰਦ ਦੇ ਵਿੱਚ بڑا ਦਾਲਦ ਹੈ ਚੰਗੇ ਭਲੇ ਸ਼ਰਬਤ ਵਿੱਚ ਮੂਤਰ ਕਰ ਦਿੰਦਾ ਉਹ ਫਿਰ ਕੋਈ ਵੀ ਨਹੀਂ ਪੀਂਦਾ ਨਾ ਆਪ ਪੀਂਜੋ ਕਰਿੰਦਾ ਤੇ ਨਾ ਕੋਈ ਹੋਰ ਪੀਂਦਾ ਮਤਲਬ ਸ਼ਰਬਤ ਵਿੱਚ ਮੂਤਰ ਕੋ ਕਰਦਾ ਮੌਲਾਨਾ ਦਾ ਉਹ ਕੰਮ ਹੈ ਉਹ ਕਹਿੰਦੇ ਨੇ ਮੌਲਾਨਾ ਦੇ ਵੋਟ ਨਾਲ ਅਸੀਂ ਉਂਝ ਹੀ ਚੰਗੇ ਅਸੀਂ ਇਹ ਫੀਤੀ ਫੀਤੀ ਕਰਨੇ ਆ ਨਾ ਇਹ ਜਿਹੜਾ ਆਜ਼ਾਦ ਗਰੁੱਪ ਹੈ ਤਰੀਕੇ ਇਨਸਾਫ ਤੇ ਸਾਰਿਆਂ ਨੂੰ ਫੀਤੀਆਂ ਕਰਨੇ ਆ ਫੀਤੀ ਕਰਕੇ 41 ਰੁਕਣੀ ਇੱਕ ਗਰੁੱਪ ਬਣਾਉਣੇ ਆ ਅੱਲਾਹ ਅੱਲਾ ਤੇ ਖੈਰ ਸਲਾ ਆਪੋਜੀਸ਼ਨ ਵੀ ਹੋ ਤੇ ਸਾਰਾ ਕੁਝ ਹੋ ਤੇ ਇਹ ਆਇਨੀ ਤਰਮੀਮ ਜਿਹੜੀ ਹੈ 27ਵੀਂ ਇਹ ਸਾਨੂੰ ਕਿਉਂਕਿ ਬਹੁਤ ਜ਼ਿਆਦਾ ਇਹਦੇ ਤੇ ਕੁਐਸਚਨ ਜਾਰੀ ਨੇ ਵਜ਼ੀਰ ਆਜ਼ਮ ਔਰ ਬਲਾਵਲ ਸਾਹਿਬ ਦੀ ਮੁਲਾਕਾਤ ਆਰਮੀ ਚੀਫ ਸਦਰ ਔਰ ਵਜ਼ੀਰ ਆਜ਼ਮ ਦੀ ਮੁਲਾਕਾਤ ਉਸ ਤੋਂ ਬਾਅਦ ਇਹ ਕੱਲ ਮੰਗਲ ਕੱਲ ਜਿਹੜਾ ਖਾਤਾ ਖੁੱਲਣਾ ਪਾਰਲੀਮੈਂਟ ਦੇ ਵਿੱਚ ਸਦਾਰਤੀ ਐਕਟ ਜਿਹੜੇ ਨੇ ਉਹ ਪਾਸ ਹੋਣੇ ਨੇ ਇਹ 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 ਮਤਲਬ 15 ਦਸੰਬਰ ਤੱਕ ਇਹ ਹੁੰਦੀ ਮੈਨੂੰ ਨਜ਼ਰ ਆਂਦੀ ਇਹ ਫੌਜੀ ਅਦਾਲਤਾਂ ਕੀ ਮੈਂ ਕਹਿ ਰਿਹਾ ਫੌਜੀ ਅਦਾਲਤਾਂ ਬਹੁਤ ਸ਼ੁਕਰੀਆ